ਵਿਆਹਤਾ ਲੜਕੀ ਨੇ ਸਹੁਰਾ ਪਰਿਵਾਰ ਉੱਪਰ ਮਾਰ ਕੁਟਾਈ ਕਰਨ ਅਤੇ ਬੰਧਕ ਬਣਾਉਣ ਦੇ ਦੋਸ਼ ਲਗਾਏ ਹਨ, ਜਿਸ ਸੰਬੰਧੀ ਲੜਕੀ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਿਤ ਲੜਕੀ ਕੋਮਲਪ੍ਰੀਤ ਅਤੇ ਉਸਦੇ ਪਿਤਾ ਬਲਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਅਨੁਸਾਰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਥਾਣਾ ਸੁਲਤਾਨਵਿੰਡ ਪਹੁੰਚੇ ਹਨ। ਇਸ ਸੰਬੰਧੀ ASI ਸੁਖਵਿੰਦਰ ਸਿੰਘ ਨੇ ਕਿਹਾ ਕਿ 164 CRPC ਦੇ ਤਹਿਤ ਬਿਆਨ ਦਰਜ ਕੀਤੇ ਜਾਣਗੇ। ਹਾਂਜੀ ਸਰ, ਕੀ ਮਾਮਲਾ ਜਿਹੜੇ ਸੰਬੰਧੀ ਅੱਜ ਤੁਸੀਂ ਆਪਣੀ ਕੰਪਲੇਂਟ ਦੇਣ ਵਾਸਤੇ ਸੁਲਤਾਨਵਿੰਡ ਥਾਣੇ ਵਿੱਚ? ਮੇਰਾ ਨਾਮ ਬਲਵਿੰਦਰ ਸਿੰਘ ਬਿੱਲਾ ਹੈ। FIR ਨੰਬਰ 00075 ਜੋ ਕਿ ਮੇਰੀ ਵਾਈਫ ਵੱਲੋਂ ਦਰਜ ਹੋਈ ਸੀ ਅਗਵਾ ਕਰਨ ਦੀ, ਜੋ ਜਿਹਦੇ ਵਿੱਚ ਪ੍ਰਤਾਪ ਸਿੰਘ ਦੇ ਮੁੰਡੇ ਰੂਬਲ ਸ਼ੇਰੂ, ਉਸਦਾ ਚੀਚਾ ਰੂਬਲ ਦਾ, ਉਸਦੀ ਭੈਣ, ਉਸਦੀ ਭਰਜਾਈ ਨੇ, ਬਲਵਿੰਦਰ ਕੌਰ ਪ੍ਰਤਾਪ ਸਿੰਘ ਦੀ ਪਤਨੀ ਨੇ ਮੇਰੀ ਬੇਟੀ ਨੂੰ ਵਰਤ ਲਾ ਕੇ ਅਗਵਾ ਕੀਤਾ ਸੀ। ਉਸੇ FIR ਦੇ ਤਹਿਤ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ 164 ਦੇ ਬਿਆਨ ਹੋਏ ਸੀ ਮੇਰੀ ਬੇਟੀ ਦੇ ਉਦੋਂ, ਜੋ ਕਿ ਮੇਰੀ ਬੇਟੀ ਦੇ ਦਸਵੇਂ ਮੁਤਾਬਕ ਕਿਹਾ ਵੀ ਮੈਨੂੰ ਉਦੋਂ ਇਹਨਾਂ ਨੇ ਅਗਵਾ ਕਰਨ ਵਾਲੇ ਸਮੇਂ ਕਿਹਾ ਸੀ ਵੀ ਤੇਰੇ ਪਿਓ ਨੂੰ ਅਤੇ ਤੇਰੀ ਮਾਂ ਨੂੰ ਜਾਨੋਂ ਮਾਰ ਦੇਵਾਂਗੇ ਜੇ ਤੂੰ ਬਿਆਨ ਸਾਡੇ ਹੱਕ ਦੇ ਵਿੱਚ ਨਾ ਦਿੰਦੇ। ਅਤੇ ਅੱਜ ਅਸੀਂ 164 ਦੇ ਬਿਆਨਾਂ ਦੀ ਐਪਲੀਕੇਸ਼ਨ ਫਿਰ ਥਾਣੇ ਦੇਣ ਆਏ ਹਾਂ ਵੀ ਉਹ 164 ਦੇ ਬਿਆਨ ਫਿਰ ਕੋਰਟ ਦੇ ਵਿੱਚ ਜਿਹੜੀ ਬੇਟੀ ਨੇ ਫਿਰ ਤੋਂ ਕਰਾਏ ਹਨ। ਹੁਣ ਕੀ ਮੰਗ ਕਰਦੇ? ਹੁਣ ਅਸੀਂ ਇਹਨੂੰ ਮੰਗ ਕਰਦੇ ਹਾਂ ਵੀ ਉਹ ਜਿਹੜੇ ਬਿਆਨ ਆ 164 ਦੇ ਰਵੀ ਸ਼ੇਰ ਦੇ ਇੰਸਪੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ SP ਵਾਲੀਆ ਜੀ ਨੂੰ ਵੀ SP ਵਾਲੀਆ ਸਾਹਿਬ ਜਦੋਂ ਕਿਸੇ ਨੇ ਤੁਹਾਡੇ ਕੋਲ ਵੈਰੀਫਿਕੇਸ਼ਨ ਜਾਂ ਇਨਕੁਆਇਰੀ ਮਾਰਕ ਕਰਾਈ, ਉਹਦੇ ਵਿੱਚ ਤੁਹਾਡਾ ਫਰਜ਼ ਬਣਦਾ ਸੀ ਮੇਰੇ ਬੇਟੀ ਅਤੇ ਮੇਰੇ ਪਰਿਵਾਰ 'ਤੇ ਬਿਆਨ ਲੈਣਾ, ਨਾ ਕਿ ਤੁਸੀਂ ਬਿਆਨ ਲੈ ਜੇ। ਅੱਜ ਤੁਹਾਡੇ ਥਾਣੇ ਵਾਲੇ ਕਹਿੰਦੇ ਵੀ SP ਵਾਲੀਆ ਸਾਹਿਬ ਨੇ ਪਰਚੇ ਨੂੰ ਖਾਰਜ ਕਰਤਾ, ਇਹ ਕਾਹਦਾ ਅਧਿਕਾਰ ਹੈ? ਇਹ ਕਾਹਦਾ ਅਧਿਕਾਰ ਹੈ ਜਦੋਂ 16.5 ਸਾਲਾਂ ਦੀ ਬੱਚੀ ਦੇ ਨਾਲ ਇਹ ਕੁਕਰਮ ਹੁੰਦਾ ਹੈ ਜੇ ਇਹ ਅਗਵਾਹ ਕਰਦਾ ਹੈ ਕੋਈ, ਅਤੇ ਉਸਦੇ ਉਸਨੂੰ ਇਨਸਾਫ਼ ਦੇਵਾਵਾਂ ਕਿ ਰਾਜਨੀਤੀ ਦੇ ਲੋਕਾਂ ਦੀ ਆੜ ਦੇ ਵਿੱਚ ਉਹ ਪਰਚੇ ਖਾਰਜ ਕੀਤੇ ਜਾਣਗੇ। ਅੱਜ ਅਸੀਂ ਚਾਹੁੰਦੇ ਹਾਂ, ਕਾਨੂੰਨ ਨੂੰ ਇਹ ਕਹਿਣਾ ਚਾਹੁੰਦੇ ਹਾਂ, DGP ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ, CM ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹੋ ਜਿਹੇ ਅਫਸਰਾਂ ਨੂੰ ਨੱਥ ਪਾਈ ਜਾਵੇ ਜਿਹੜੇ ਬਗੈਰ ਕਿਸੇ ਪੁੱਛ ਪੜਤਾਲ ਤੋਂ ਪਰਚੇ ਕੈਂਸਲ ਕਰਦੇ ਹਨ। ਧੰਨਵਾਦ। ਹਾਂਜੀ ਜੀ, ਕੀ ਮਾਮਲਾ ਜੀ ਔਰ ਕੀ ਤੁਹਾਡੇ ਨਾਲ ਬੀਤੀ ਹੈ ਜੀ ਜਿਹੜੀ? ਮੇਰੀ ਮੈਰਿਜ 19 July 2018 ਵਿੱਚ ਹੋਈ ਸੀ ਅਤੇ ਮੇਰੇ ਸਾਰੇ ਪਰਿਵਾਰ ਵਿਆਹ ਤੋਂ ਕੁਛ ਸਮੇਂ ਬਾਅਦ ਮੈਨੂੰ ਅਤੇ ਮੇਰੇ ਮੰਮਾ ਪਾਪਾ ਕੋਲ ਡਿਲੀਵਰੀ ਹੋਰ ਮੰਗ ਕਰਨਾ ਸ਼ੁਰੂ ਕਰਤਾ। ਅਤੇ ਮੇਰੇ ਮੰਮਾ ਪਾਪਾ ਨੇ ਮੇਰੀ ਕੋਈ ਕੰਮ ਨਹੀਂ, ਆਪਣੇ ਹੈਸੀ ਤੋਂ ਜ਼ਿਆਦਾ ਦਹੇਜ ਦਿੱਤਾ ਸੀ ਅਤੇ ਜੋ ਦਹੇਜ ਮੰਗ ਰਹੀ ਹੈ ਜੋ ਮੇਰੇ ਸਾਰੇ ਪਰਿਵਾਰ ਨੂੰ ਮੈਨੂੰ ਪ੍ਰਸ਼ਨ ਕਰ ਰਿਹਾ ਉਹ ਪ੍ਰਤਾਪ ਸਿੰਘ ਪੱਖਿਆ ਵਾਲਿਆ ਅਤੇ ਮੈਂ ਉਹਨਾਂ ਦੇ ਫੈਮਿਲੀ ਦੇ ਨਾਲ ਮਿਲ ਕੇ ਕੰਮ ਪ੍ਰਸ਼ਨ ਕਰ ਮੇਰੇ ਸਾਰੇ ਪਰਿਵਾਰ ਨੇ ਇਸ 2018 ਵਿੱਚ ਦਸਵੀਂ ਮਹੀਨੇ ਮੈਨੂੰ ਮੈਂ ਗਰਭਵਤੀ ਸੀ ਅਤੇ ਉਹਨਾਂ ਨੇ ਮੈਨੂੰ ਲੱਤਾਂ ਮਾਰ ਕੇ ਵਿੱਚ ਲੱਤ 'ਚ ਲੱਤਾਂ ਮਾਰ ਕੇ ਮੈਨੂੰ ਬਹੁਤ ਜ਼ਿਆਦਾ ਕਿੱਤਿਆਂ ਮਾਰੀਆਂ ਮੈਂ ਡਿਮਾਂਡ ਕਰਦੀ ਹਾਂ ਕਿ ਜੋ ਮੇਰੇ ਮੰਮਾ ਵੱਲੋਂ 007 FIR ਨੰਬਰ ਦਰਜ ਆ ਸੁਲਤਾਨਗੜ੍ਹ ਥਾਣਾ BDGM 'ਚ ਉਹ FIR ਫਿਰ ਤੋਂ ਖੋਲ੍ਹੀ ਜਾਵੇ ਅਤੇ ਮੇਰੇ ਬਿਆਨ ਫਿਰ ਤੋਂ ਹੋ ਅਤੇ ਜੋ ਕਿ ਬਿਆਨ ਮੈਨੂੰ ਮੇਰੇ ਬਿਆਨ ਦਬਾਅ 'ਚ ਦਿੱਤੇ ਗਏ ਪ੍ਰਤਾਪ ਸਿੰਘ ਪੱਖਿਆ ਵਾਲੇ ਤਾਂ ਉਹਨੇ ਉਹਨਾਂ ਦੀ ਫੈਮਿਲੀ ਨੂੰ ਕਿਹਾ ਸੀ ਅਗਰ ਤੂੰ ਸਾਡੇ ਹੱਥ 'ਚ ਬਿਆਨ ਨਾ ਦਿੱਤੇ ਅਤੇ ਮੰਮਾ ਪਾਪਾ ਨੂੰ ਮਾਰ ਦਾਂਗੇ, ਉਹਨਾਂ ਨੂੰ ਝੂਠੀ ਕੇਸ ਕਰਕੇ ਉਹਨਾਂ ਨੂੰ ਜੇਲ੍ਹ 'ਚ ਪਹੁੰਚਾਉਣਾ। ਪ੍ਰਤਾਪ ਸਿੰਘ ਪੱਖਿਆ ਵਾਲਾ ਨੇ ਮੈਨੂੰ ਗਵਾਹ ਕਰਕੇ ਵਰਗ ਲਾ ਕੇ ਲੈ ਗਏ ਅਤੇ ਉਹਨਾਂ ਨੇ 300 ਗ੍ਰਾਮ ਸੋਨਾ ਅਤੇ 6 ਲੱਖ ਰੁਪਇਆ ਵੀ ਲੈ ਕੇ ਉਹਦੇ ਵਿੱਚ 6 ਲੱਖ ਰੁਪਇਆ ਅਤੇ 250 ਗ੍ਰਾਮ ਸੋਨਾ ਬਰਾਮਦ ਕੀ ਨਹੀਂ ਹੋਈ ਅਤੇ ਮੇਰੇ ਮੰਮਾ ਪਾਪਾ ਦੀ ਜੋ ਦਵਾਈ ਹੋਣੀ ਸੀ ਉਹ ਵੀ ਨਹੀਂ ਕਿਸੇ ਨੇ ਅਤੇ ਬਿਨਾਂ ਕਿਸੇ ਦਵਾਈ ਤੋਂ ਬਿਨਾਂ ਕਿਸੇ ਕੋਈ ਵੀ ਗੱਲ ਤੋਂ ਉਹਨਾਂ ਨੇ FIR ਰੱਦ ਕਰ ਦਿੱਤੀ, ਮਤਲਬ ਬੰਦ ਕਰ ਦਿੱਤੀ ਇਹ ਵਾਰੀ। ਅਤੇ ਮੈਂ ਚਾਹੁੰਦੀ ਹਾਂ ਮੇਰੀ ਫਿਰ ਤੋਂ ਵੈਰੀਫਿਕੇਸ਼ਨ ਸਟਾਰਟ ਹੋਵੇ ਕਿ ਮੇਰਾ ਬਿਆਨ ਫਿਰ ਤੋਂ ਦਰਜ ਹੈ। ਠੀਕ, ਧੰਨਵਾਦ। ਮੁਕੰਮਾ ਨੰਬਰ 75 218 J-Dhara 363 326 120 BIPC ਦਾ ਲੜਕੀ ਦੀ ਮਦਰ ਵੱਲੋਂ ਦਰਜ ਕਰਵਾਇਆ ਗਿਆ ਸੀ ਅਤੇ ਜੀ ਦੁਬਾਰਾ 164 ਦੇ ਕੋਰਟ ਵਿੱਚ ਬਿਆਨ ਕਰਵਾਉਣੇ ਚਾਹੁੰਦੇ ਆ ਅਤੇ ਦਰਖਾਸਤ ਉਹ SP ਸਾਹਿਬ ਦੇ ਕੋਰਟ ਅਪ ਕਰਕੇ ਜੋ ਲੋੜੀ ਦੀ ਕਾਰਵਾਈ ਕਰਨਾ ਚਾਹੁੰਦੇ ਹਾਂ। ਕੀ ਮਸਲਾ ਕੀ ਹੈ ਜੀ 164 ਕਰ ਜਾਣਗੇ? ਇਹਨਾਂ ਨੇ ਦਰਖਾਸਤ ਕੀਤੀ ਅਸੀਂ ਦੁਬਾਰਾ ਜਿਹੜੇ 164 ਦੇ ਕੋਰਟ ਵਿੱਚ ਬਿਆਨ ਕਰਵਾਉਣੇ ਚਾਹੁੰਦੇ ਹਾਂ। ਉਹ ਜੋ ਸੀਨੀਅਰ ਅਫਸਰ ਸਾਹਿਬਾਨ ਆ ਤਫਤੀਸ਼ੀ ਅਫਸਰ ਜਿਹੜੇ ਆ ਉਹ ਲੜਕੀ ਨੂੰ ਲੈ ਕੇ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦੀ ਸਟੇਟਮੈਂਟ ਕਰਵਾਉਣਗੇ ਜੋ ਮੁਨਾਸਬ ਹੋਏਗਾ ਉਹਦੇ ਮੁਤਾਬਕ।